أعوذ بالله من الشيطان الرجيم بسم الله الرحمن الرحيم سين ميم نے گلاں کتاب روشن دیاں چھ پڑھنے تیرے اگے کچھ خبر موسی تے فرعون دی صحیح طرح نال لوکاں واسطے جڑے مندے نے ضرور فرعون نے اونچائی کیتی ملک وچ تے کر دتے لوک اس دے کئی ٹولے کمزور کر رکھدا اک ٹولے نوں ਉਹਨਾਂ ਵਿੱਚੋਂ ਜ਼ਿਬਾ ਕਰਦਾ ਪੁੱਤਰ ਉਹਨਾਂ ਦੇ ਅਤੇ ਜਿਉਂਦੇ ਰੱਖਦੇ ਧੀਆਂ ਉਹਨਾਂ ਦੀਆਂ ਜ਼ਰੂਰ ਉਹ ਸੀ ਫਸਾਦੀਆਂ ਵਿੱਚੋਂ ਅਤੇ ਅਸੀਂ ਚਾਹੁੰਦੇ ਹਾਂ ਜੋ ਅਹਿਸਾਨ ਕਰੀਏ ਉਹਨਾਂ ਉੱਤੇ ਜਿਹੜੇ ਕਮਜ਼ੋਰ ਕੀਤੇ ਗਏ ਨੇ ਮੁਲਕ ਵਿੱਚ ਅਤੇ ਬਣਾ ਦੇਈਏ ਅਸੀਂ ਉਹਨਾਂ ਨੂੰ ਪੇਸ਼ਵਾ ਇਮਾਮ ਅਤੇ ਬਣਾਈਏ ਅਸੀਂ ਉਹਨਾਂ ਨੂੰ ਵਾਰਸ ਅਤੇ ਪੈਰ ਜਮਾ ਦੇਈਏ ਅਸੀਂ ਉਹਨਾਂ ਦਾ ਮੁਲਕ ਵਿੱਚ ਅਤੇ ਵਿਖਾ ਦੇਈਏ ਅਸੀਂ ਫਿਰਾਉਣ ਅਤੇ ਹਾਮਾਨ ਅਤੇ ਉਹਨਾਂ ਦੀਆਂ ਫੌਜਾਂ ਨੂੰ ਉਹਨਾਂ ਦੇ ਹੱਥੋਂ ਜਿਸ ਗੱਲ ਦਾ ਖਤਰਾ ਰੱਖਦੇ ਸਨ ਅਤੇ ਇਸ਼ਾਰਾ ਕੀਤਾ ਸਾਂ ਮੂਸਾ ਦੀ ਮਾਂ ਵੱਲ ਭਾਈ ਦੁੱਧ ਪਿਲਾ ਇਸ ਨੂੰ ਫਿਰ ਜਦ ਡਰੇ ਤੂੰ ਇਸ ਉੱਤੇ ਤਾਂ ਸੁੱਟ ਦੇ ਇਸ ਨੂੰ ਦਰਿਆ ਵਿੱਚ ਅਤੇ ਨਾ ਖਤਰਾ ਕਰ ਅਤੇ ਨਾ ਚੁਰ ਅਸੀਂ ਮੋੜ ਲਿਆਵਾਂਗੇ ਇਹਨੂੰ ਤੇਰੇ ਵੱਲ ਅਤੇ ਕਰਨਾ ਹੈ ਉਹਨੂੰ ਪੈਗੰਬਰਾਂ ਵਿੱਚੋਂ ਚੁੱਕ ਲਿਆ ਦਰਿਆ ਵਿੱਚੋਂ ਉਹਨੂੰ ਫਿਰਾਉਣ ਦੇ ਘਰ ਵਾਲਿਆਂ ਨੇ ਤਾਂ ਉਸਨੇ ਆਖਿਰਕਾਰ ਹੋਣਾ ਸੀ ਉਹਨਾਂ ਦਾ ਦੁਸ਼ਮਣ ਅਤੇ ਸਬੱਬ ਝੂਰੇ ਦਾ ਜ਼ਰੂਰ ਫਿਰਾਉਣ ਅਤੇ ਹਮਾਨ ਅਤੇ ਉਹਨਾਂ ਦੀਆਂ ਫੌਜਾਂ ਹੈ ਸਨ ਉੱਕ ਜਾਣ ਵਾਲੇ ਆਖਿਆ ਫਿਰਾਉਣ ਦੀ ਔਰਤ ਨੇ ਇਹ ਠੰਡ ਅੱਖ ਦੀ ਮੈਨੂੰ ਅਤੇ ਤੈਨੂੰ ਨਾ ਮਾਰੋ ਇਸ ਨੂੰ ਸ਼ਾਇਦ ਜੋ ਨਫ਼ਾ ਦੇ ਸਾਨੂੰ ਜਾਂ ਅਸੀਂ ਬਣਾ ਲਾਂਗੇ ਇਸ ਨੂੰ ਪੁੱਤਰ ਅਤੇ ਉਹ ਨਹੀਂ ਸਨ ਜਾਣਦੇ ਅੰਜਾਮ ਹੋ ਗਿਆ ਦਿਲ ਮੂਸਾ ਦੀ ਮਾਂ ਦਾ ਸਬਰੋਂ ਖਾਲੀ ਜ਼ਰੂਰ ਨੇੜੇ ਆ ਗਈ ਸੀ ਜੋ ਜ਼ਾਹਿਰ ਕਰਦੇ ਇਸ ਰਾਤ ਨੂੰ ਜੇ ਕਦੇ ਅਸੀਂ ਗੰਢ ਨਾ ਦਿੰਦੇ ਉਹਦੇ ਦਿਲ ਉੱਤੇ ਤਾਂ ਹੋਵੇ ਸਾਡੇ ਵਾਅਦੇ ਨੂੰ ਮੰਨਣ ਵਾਲਿਆਂ ਵਿੱਚੋਂ ਤੇ ਆਖਣ ਲੱਗੀ ਉਹਦੀ ਭੈਣ ਨੂੰ ਮਗਰ ਮਗਰ ਜਾਈ ਇਸ ਦੇ ਫਿਰ ਉਹ ਵੇਖਦੀ ਰਹੀ ਪਾਸੇ ਉੱਤੋਂ ਹੋ ਕੇ ਤੇ ਦੁਸ਼ਮਣਾਂ ਨੂੰ ਨਹੀਂ ਪਤਾ ਚੱਲਿਆ ਫਿਰ ਰੋਕ ਰੱਖਿਆ ਅਸਾਂ ਉਹਨੂੰ ਦਾਈਆਂ ਤੋਂ ਇਦੋਂ ਪਹਿਲੇ ਹੀ ਫਿਰ ਲੜਕੀ ਆਖਣ ਲੱਗੀ ਭਲਾ ਮੈਂ ਪਤਾ ਦਿਆਂ ਤੁਹਾਨੂੰ ਇੱਕ ਘਰ ਵਾਲਿਆਂ ਦਾ ਜੋ ਇਹ ਪਾਲ ਦੇਣ ਤੁਹਾਨੂੰ ਅਤੇ ਉਹ ਉਸਦਾ ਭਲਾ ਚਾਹਣ ਵਾਲੇ ਨੇ ਫਿਰ ਮੋੜ ਲਿਆਂਦਾ ਸਾਂ ਉਹਨੂੰ ਉਹਦੀ ਮਾਂ ਵੱਲ ਤਾਂ ਠੰਡੀ ਰਹੇ ਅੱਖ ਉਹਦੀ ਅਤੇ ਨਾ ਚੁਰੇ ਅਤੇ ਤਾਂ ਜੋ ਜਾਣੇ ਪਈ ਵਾਅਦਾ ਅੱਲਾ ਦਾ ਸੱਚਾ ਹੈ ਪਰ ਬਹੁਤੇ ਉਹਨਾਂ ਵਿੱਚੋਂ ਨਹੀਂ ਜਾਣਦੇ ਅਤੇ ਜਦ ਪਹੁੰਚਿਆ ਆਪਣੀ ਜਵਾਨੀ ਨੂੰ ਅਤੇ ਸੰਭਲ ਗਿਆ ਅਸਾਂ ਉਹਨੂੰ ਅਤਾ ਕੀਤਾ ਹੁਕਮ ਅਤੇ ਇਲਮ ਅਤੇ ਇਸੇ ਤਰ੍ਹਾਂ ਅਸੀਂ ਬਦਲਾ ਦਿੰਦੇ ਹਾਂ ਨੇਕੀ ਵਾਲਿਆਂ ਨੂੰ ਇੱਕ ਦਿਨ ਵੜਿਆ ਸ਼ਹਿਰ ਵਿੱਚ ਉੱਥੋਂ ਦੇ ਲੋਕਾਂ ਦੀ ਬੇਸੁਰਤੀ ਦੇ ਵਕਤ ਵਿੱਚ ਫਿਰ ਡਿੱਠੇ ਉੱਥੇ ਦੋ ਮਰਦ ਲੜਦੇ ਇੱਕ ਉਹਦੇ ਆਪਣੇ ਟੋਲੇ ਦਾ ਹੈ ਅਤੇ ਦੂਜਾ ਉਹਦੇ ਦੁਸ਼ਮਣਾਂ ਵਿੱਚੋਂ ਫਿਰ ਫਰਿਆਦ ਕੀ ਸੀ ਉਸ ਮੂਸਾ ਅੱਗੇ ਜਿਹੜਾ ਉਹਦੇ ਟੋਲੇ ਦਾ ਸੀ ਉਸ ਉੱਤੇ ਜਿਹੜਾ ਉਹਦੇ ਦੁਸ਼ਮਣਾਂ ਵਿੱਚੋਂ ਸੀ ਫਿਰ ਹੂਰਾ ਮਾਰਿਆ ਉਹਨੂੰ ਮੂਸਾ ਨੇ ਅਤੇ ਪੂਰਾ ਕਰ ਛੱਡਿਆ ਉਹਨੂੰ ਇਸ ਹਰਕਤ ਦੇ ਬਾਅਦ ਮੂਸਾ ਆਖਣ ਲੱਗਾ ਇਹ ਸ਼ੈਤਾਨ ਦੇ ਕੰਮ ਵਿੱਚੋਂ ਹੈ ਉਹ ਜ਼ਰੂਰ ਦੁਸ਼ਮਣ ਹੈ ਰਾਹੋਂ ਭੁਲਾਉਣ ਵਾਲਾ ਖੁੱਲ੍ਹਾ ਖੁੱਲ੍ਹਾ ਆਖਿਓ ਸੂ ਮੇਰੇ ਰੱਬਾ ਮੈਂ ਜ਼ਰੂਰ ਜ਼ੁਲਮ ਕੀਤਾ ਆਪਣੀ ਜਾਨ ਉੱਤੇ ਸੋ ਬਖਸ਼ ਮੈਨੂੰ ਫਿਰ ਬਖਸ਼ ਦਿੱਤਾ ਉਹਨੂੰ ਜ਼ਰੂਰ ਉਹ ਹੀ ਬਖਸ਼ਣਹਾਰ ਮਿਹਰਬਾਨ ਆਖਿਓ ਸੂ ਮੇਰੇ ਰੱਬਾ ਜੈਸਾ ਫਜ਼ਲ ਕੀਤਾ ਹੀ ਮੇਰੇ ਉੱਤੇ ਫਿਰ ਹਰਗਿਜ਼ ਨਾ ਹੋਵਾਂਗਾ ਮੈਂ ਮਦਦਗਾਰ ਪਾਪੀਆਂ ਦਾ ਫਿਰ ਦੂਜੇ ਦਿਨ ਫਜਰੇ ਉੱਠਿਆ ਸ਼ਹਿਰ ਵਿੱਚ ਨਿਕਲਿਆ ਡਰਦਾ ਅਤੇ ਉਡੀਕਦਾ ਫਿਰ ਤਦੋਂ ਹੀ ਜਿਨ ਮਦਦ ਮੰਗੀ ਸੀ ਉਸ ਤੋਂ ਕੱਲ੍ਹ ਫਰਿਆਦ ਕਰਦਾ ਉਸ ਅੱਗੇ ਅੱਜ ਫਿਰ ਆਖਿਆ ਉਹਨੂੰ ਮੂਸਾ ਨੇ ਤੂੰ ਜ਼ਰੂਰ ਹੀ ਬੇਅਦਾਤ ਹੈ ਖੁੱਲ੍ਹਾ ਖੁੱਲ੍ਹਾ ਫਿਰ ਜਦ ਚਾਹੇ ਉਸ ਜੋ ਪਕੜੇ ਉਹਨੂੰ ਜਿਹੜਾ ਦੁਸ਼ਮਣ ਹੈ ਦੋਵਾਂ ਦੀ ਕੌਮ ਦਾ
ਆਖਣ ਲਗਾ ਹੈ ਮੂਸਾ ਕਿਉਂ ਤੂੰ ਚਾਹੁੰਦਾ ਹੈ ਜੋ ਖੂਨ ਕਰ ਦੇ ਮੇਰਾ ਜਿਉਂ ਖੂਨ ਕੀਤਾ ਹੀ ਇੱਕ ਸ਼ਖਸ ਦਾ ਕੱਲ ਨਹੀਂ ਚਾਹੁੰਦਾ ਤੂੰ ਪਰ ਇਹੋ ਜੋ ਧੱਕੇਬਾਜ਼ੀ ਕਰਦਾ ਫਿਰੇ ਮੁਲਕ ਵਿੱਚ ਅਤੇ ਨਹੀਂ ਚਾਹੁੰਦਾ ਤੂੰ ਜੋ ਹੋਵੇਂ ਸੁਲਾ ਕਰਾਉਣ ਵਾਲਿਆਂ ਵਿੱਚੋਂ ਅਤੇ ਆਇਆ ਇੱਕ ਮਰਦ ਸ਼ਹਿਰ ਦੇ ਪਰਲੇ ਸਿਰਿਓਂ ਦੌੜਦਾ ਆਖਣ ਲਗਾ ਹੈ ਮੂਸਾ ਜ਼ਰੂਰ ਸਰਦਾਰ ਸਲਾਹ ਕਰਦੇ ਨੇ ਤੇਰੇ ਵਾਸਤੇ ਤਾਂ ਮਾਰ ਦੇਣ ਤੈਨੂੰ ਸੋ ਨਿਕਲ ਜਾ ਇੱਥੋਂ ਮੈਂ ਜ਼ਰੂਰ ਤੇਰੇ ਖੈਰ ਖਾਵਾਂ ਵਿੱਚੋਂ ਹਾਂ ਫਿਰ ਨਿਕਲਿਆ ਉੱਥੋਂ ਡਰਦਾ ਉਡੀਕਦਾ ਹੋਇਆ ਆਖਿਓ ਸੂ ਮੇਰੇ ਰੱਬਾ ਬਚਾ ਮੈਨੂੰ ਲੋਕਾਂ ਜ਼ਾਲਮਾਂ ਤੋਂ ਜਦ ਮੂੰਹ ਧਰਿਓ ਸੂ ਮਦੀਨ ਵੱਲ ਆਖਿਓ ਸੂ ਉਮੀਦ ਏ ਜੋ ਮੇਰਾ ਰੱਬ ਪਾਏਗਾ ਮੈਨੂੰ ਸਿੱਧੇ ਰਾਹ ਜਦ ਪਹੁੰਚਿਆ ਮਦੀਨ ਦੇ ਖੂਹ ਉੱਤੇ ਡਿੱਠਾ ਉੱਥੇ ਇੱਕ ਟੋਲਾ ਲੋਕਾਂ ਦਾ ਪਾਣੀ ਪਿਲਾਉਂਦੇ ਅਤੇ ਡਿੱਠੀਆਂ ਉਰੇ ਉਹਨਾਂ ਦੇ ਦੋ ਔਰਤਾਂ ਆਪਣੀ ਬੱਕਰੀਆਂ ਨੂੰ ਰੋਕਦੀਆਂ ਆਖਿਓ ਸੂ ਕੀ ਪਰੇਸ਼ਾਨੀ ਹੈ ਤੁਸਾਂ ਦੋਵਾਂ ਆਖਣ ਲੱਗੀਆਂ ਅਸੀਂ ਨਹੀਂ ਪਿਲਾ ਸਕਦੀਆਂ ਜਦ ਤੱਕ ਮੁੜ ਨਾ ਜਾਣ ਚਰਵਾਏ ਆਪਣੇ ਡੰਗਰ ਲੈ ਕੇ ਅਤੇ ਪਿਓ ਸਾਡਾ ਬੁੱਢਾ ਹੈ ਬੜੀ ਉਮਰ ਦਾ ਫਿਰ ਪਿਲਾ ਦਿੱਤੋ ਸੂ ਪਾਣੀ ਉਹਨਾਂ ਦੀਆਂ ਬੱਕਰੀਆਂ ਨੂੰ ਫਿਰ ਹਟ ਆਇਆ ਛਾਂ ਵੱਲ ਫਿਰ ਆਖਿਓ ਸੂ ਮੇਰੇ ਰੱਬਾ ਜੋ ਤੂੰ ਉਤਾਰੇ ਮੇਰੇ ਵੱਲ ਕੋਈ ਚੰਗੀ ਚੀਜ਼ ਯਾਨੀ ਖੈਰ ਮੈਂ ਉਸ ਦਾ ਲੋੜਵੰਦ ਹਾਂ ਫਿਰ ਆਈ ਉਸ ਕੋਲ ਇੱਕ ਉਹਨਾਂ ਦੋਵਾਂ ਵਿੱਚੋਂ ਤੁਰਦੀ ਸ਼ਰਮ ਨਾਲ ਆਖਣ ਲੱਗੀ ਮੇਰਾ ਪਿਓ ਜ਼ਰੂਰ ਸਾਦਾ ਹੈ ਤੈਨੂੰ ਤਾਂ ਬਦਲਾ ਦੇ ਤੈਨੂੰ ਮਜ਼ਦੂਰੀ ਉਸ ਦੀ ਜੋ ਪਾਣੀ ਪਿਲਾ ਦਿੱਤਾ ਸਾਡੀਆਂ ਬੱਕਰੀਆਂ ਨੂੰ ਫਿਰ ਜਦ ਆਇਆ ਉਸ ਕੋਲ ਅਤੇ ਬਿਆਨ ਕੀਤਾ ਉਹਦੇ ਅੱਗੇ ਕਿੱਸਾ ਆਖਣ ਲੱਗਾ ਨਾ ਡਰ ਬਾਅਦ 'ਚ ਆਇਆ ਜ਼ਾਲਮਾਂ ਕੋਲੋਂ ਤੂੰ ਆਖਣ ਲੱਗੀ ਇੱਕ ਉਹਨਾਂ ਦੋਵਾਂ ਵਿੱਚੋਂ ਇਹ ਮੇਰੇ ਪਿਓ ਨੌਕਰ ਰੱਖ ਲੈ ਇਸ ਨੂੰ ਜ਼ਰੂਰ ਚੰਗਾ ਸਭ ਤੋਂ ਜਿਸ ਨੂੰ ਨੌਕਰ ਰੱਖਣਾ ਚਾਹੇ ਉਹ ਏ ਜੋ ਜ਼ੋਰ ਵਾਲਾ ਹੋਵੇ ਅਮਾਨਤਦਾਰ ਆਖਣ ਲੱਗਾ ਮੈਂ ਜ਼ਰੂਰ ਚਾਹੁੰਦਾ ਜੋ ਵਿਆਹ ਦਿਆਂ ਤੈਨੂੰ ਇੱਕ ਆਪਣੀਆਂ ਇਹਨਾਂ ਦੋ ਧੀਆਂ ਵਿੱਚੋਂ ਇਸ ਸ਼ਰਤ ਉੱਤੇ ਜੋ ਨੌਕਰੀ ਕਰੇ ਤੂੰ ਮੇਰੀ 8 ਵਰੇ ਫਿਰ ਜੇ ਪੂਰੇ ਕਰ ਦਿੱਤੇ ਉਹ ਨਹੀਂ 10 ਵਰੇ ਤਾਂ ਤੇਰੀ ਤਰਫੋਂ ਅਹਿਸਾਨ ਰਿਹਾ ਅਤੇ ਮੈਂ ਨਹੀਂ ਚਾਹੁੰਦਾ ਜੋ ਔਖਤ ਪਾਵਾਂ ਤੇਰੇ ਸਿਰ ਅੱਗੋਂ ਤੂੰ ਵੇਖ ਲਏਗਾ ਮੈਨੂੰ ਜੇ ਚਾਹ ਅੱਲਾ ਨੇ ਨੇਕ ਬਖਤਾਂ ਥੀ ਆਖਿਓ ਸੂ ਇਹੋ ਇਕਰਾਰ ਹੋ ਚੁੱਕਾ ਮੇਰੇ ਵਿੱਚ ਅਤੇ ਤੇਰੇ ਵਿੱਚ ਜਿਹੜੀ ਦੋਵਾਂ ਮੁੱਦਤਾਂ ਵਿੱਚੋਂ ਮੈਂ ਪੂਰੀ ਕਰ ਦਿੱਤੀ ਸੋ ਵਾਧਾ ਨਾ ਹੋਵੇ ਮੇਰੇ ਉੱਤੇ ਅਤੇ ਅੱਲਾ ਦੇ ਸਪੁਰ ਦੇ ਨਿਭਾਉਣਾ ਉਸ ਦਾ ਜੋ ਅਸੀਂ ਆਖਦੇ ਹਾਂ ਫਿਰ ਜਦ ਪੂਰੀ ਕਰ ਚੁੱਕਾ ਮੂਸਾ ਉਹ ਮੁੱਦਤ ਅਤੇ ਤੁਰਿਆ ਆਪਣੀ ਬੀਵੀ ਲੈ ਕੇ ਵੇਖੀਓ ਸੂ ਤੂਰ ਪਹਾੜ ਦੀ ਤਰਫੋਂ ਇੱਕ ਅੱਗ ਆਖਣ ਲੱਗਾ ਆਪਣੇ ਘਰ ਵਾਲਿਆਂ ਨੂੰ ਠਹਿਰੋ ਮੈਂ ਜ਼ਰੂਰ ਡਿੱਠੀ ਇਹ ਇੱਕ ਅੱਗ ਸ਼ਾਇਦ ਮੈਂ ਲੈ ਆਵਾਂ ਤੁਸਾਂ ਕੋਲ ਉੱਥੋਂ ਕੁਝ ਖਬਰ ਜਾਂ ਚੋ ਅੱਗ ਦਾ ਸ਼ਾਇਦ ਤੁਸੀਂ ਸੇਕੋ ਜਦ ਆਇਆ ਉਸ ਕੋਲ ਆਵਾਜ਼ ਆਈ ਉਸ ਮੈਦਾਨ ਦੇ ਸੱਜੇ ਕਿਨਾਰਿਓਂ ਬਰਕਤ ਵਾਲੇ ਜ਼ਮੀਨ ਦੇ ਟੁਕੜੇ ਵਿੱਚ ਦਰਖਤ ਵਿੱਚੋਂ ਭਈ ਇਹ ਮੂਸਾ ਜ਼ਰੂਰ ਮੈਂ ਹੀ ਹਾਂ ਪਾਲਣਹਾਰ ਸਾਰੇ ਜੱਗ ਦਾ ਅਤੇ ਇਹ ਜੋ ਸੁੱਟ ਦੇ ਲਾਠੀ ਆਪਣੀ ਫਿਰ ਜਦ ਉਹ ਡਿੱਠੀਓ ਸੂ ਹਿਲਦੀ ਜਿਉਂ ਉਹ ਸੱਪ ਮੁੜਿਆ ਮਗਰ ਫੇਰ ਕੇ ਅਤੇ ਪਾਉਂ ਕੇ ਨਾ ਵੇਖਿਓ ਸੂ ਆਵਾਜ਼ ਹੋਈ ਇਹ ਮੂਸਾ ਅੱਗੇ ਆ ਅਤੇ ਨਾ ਡਰ ਤੂੰ ਜ਼ਰੂਰ ਬੇਖਤਰ ਲੋਕਾਂ ਵਿੱਚੋਂ ਹੈ ਪਾ ਹੱਥ ਆਪਣਾ ਆਪਣੇ ਗਿਰੇਬਾਨ ਵਿੱਚ ਨਿਕਲੇਗਾ ਚਿੱਟਾ ਬਗੈਰ ਕਿਸੇ ਐਬ ਦੇ ਅਤੇ ਮਿਲਾ ਲੈ ਆਪਣੇ ਵੱਲ ਬਾਹਾਂ ਆਪਣੀਆਂ ਦਹਿਸ਼ਤ ਦੂਰ ਕਰਨ ਲਈ ਸੋ ਇਹ ਦੋ ਦਲੀਲਾਂ ਨੇ ਤੇਰੇ ਰੱਬ ਦੀ ਤਰਫੋਂ ਫਿਰਾਉਣ ਅਤੇ ਉਹਦੇ ਸਰਦਾਰਾਂ ਵੱਲ ਜ਼ਰੂਰ ਉਹ ਨੇ ਲੋਕ ਬੇਫਰਮਾਨ ਮੂਸਾ ਆਖਿਓ ਸੂ ਮੇਰੇ ਰੱਬਾ ਮੈਂ ਜ਼ਰੂਰ ਖੂਨ ਕੀਤਾ ਉਹਨਾਂ ਵਿੱਚੋਂ ਇੱਕ ਸ਼ਖਸ ਦਾ ਸੋ ਮੈਂ ਡਰਨਾ ਜੋ ਖੂਨ ਕਰ ਦੇਣਗੇ ਮੇਰਾ ਭਰਾ ਮੇਰਾ ਹਾਰੂਨ ਉਹਦੀ ਜ਼ਬਾਨ ਵਧੇਰੇ ਸਾਫ਼ ਚੱਲਦੀ ਹੈ ਮੇਰੇ ਨਾਲੋਂ ਸੋ ਭੇਜ ਉਹਨੂੰ ਮੇਰੇ ਨਾਲ ਮਦਦਗਾਰ ਤਾਈਦ ਕਰੇ ਮੇਰੀ ਮੈਂ ਜ਼ਰੂਰ ਡਰਨਾ ਜੋ ਚੁਠਲਾਉਣਗੇ ਮੈਨੂੰ ਫਰਮਾਇਆ ਅਸੀਂ ਜ਼ੋਰ ਦੇ ਦਿਆਂਗੇ ਤੇਰੀ ਬਾਂਹ ਨੂੰ ਤੇਰੇ ਭਰਾ ਨਾਲ ਅਤੇ ਕਰ ਦਿਆਂਗੇ ਤੁਸਾਂ ਦਾ ਗਲਬਾ
ਫਿਰ ਨਾ ਪਹੁੰਚਣਗੇ ਤੁਸਾਂ ਵੱਲ ਸਾਡੀਆਂ ਨਿਸ਼ਾਨੀਆਂ ਦੇ ਸਬੱਬੋਂ, ਤੁਸੀਂ ਤੇ ਜਿਹੜਾ ਤੁਸਾਂ ਦੇ ਤਾਬੇ ਹੋਇਆ ਉੱਤੇ ਰਹੋਗੇ। ਫਿਰ ਜਦ ਆਇਆ ਉਹਨਾਂ ਕੋਲ ਮੂਸਾ ਸਾਡੀਆਂ ਸਾਫ਼ ਸਾਫ਼ ਨਿਸ਼ਾਨੀਆਂ ਲੈ ਕੇ, ਆਖਿਓ ਨੇ ਨਹੀਂ ਇਹ ਪਰ ਜਾਦੂ ਬਨਾਉਟੀ ਜੋੜ ਲਿਆ ਹੋਇਆ, ਤੇ ਨਹੀਂ ਸੁਣੀ ਅਸਾਂ ਇਹ ਗੱਲ ਆਪਣੇ ਪਿਓ ਦਾਦਿਆਂ ਅਗਲਿਆਂ ਵਿੱਚ। ਆਖਿਆ ਮੂਸਾ ਨੇ ਮੇਰਾ ਰੱਬ ਖੂਬ ਜਾਣਦਾ ਉਹਨੂੰ ਜਿਹੜਾ ਲਿਆਇਆ ਹਦਾਇਤ ਉਹਦੇ ਕੋਲੋਂ, ਤੇ ਉਹਨੂੰ ਜਿਹਦੇ ਲਈ ਹੋਣਾ ਹੈ ਪਿਛਲਾ ਘਰ ਅੱਛਾ, ਇਉਂ ਗੱਲ ਏ ਜੋ ਮੁਰਾਦ ਨਹੀਂ ਪਾਉਂਦੇ ਜ਼ਾਲਮ। ਤੇ ਆਖਿਆ ਫਿਰਾਉਨ ਨੇ ਐ ਸਰਦਾਰੋ, ਮੈਂ ਨਹੀਂ ਮਲੂਮ ਕੀਤਾ ਤੁਸਾਂ ਲਈ ਕੋਈ ਮਾਬੂਦ ਸਵਾ ਆਪਣੇ, ਸੋ ਅੱਗ ਬਾਲ ਮੇਰੇ ਲਈ ਐ ਹਾਮਾਨ ਗਾਰੇ ਉੱਤੇ ਇੱਟਾਂ ਪਕਾਉਣ ਲਈ, ਫਿਰ ਬਣਾ ਮੇਰੇ ਵਾਸਤੇ ਇੱਕ ਮਹੱਲ, ਸ਼ਾਇਦ ਮੈਂ ਝਾਤ ਪਾ ਲਾਂ ਮੂਸਾ ਦੇ ਮਾਬੂਦ ਵੱਲ, ਤੇ ਮੈਂ ਜ਼ਰੂਰ ਗੁਮਾਨ ਕਰਨਾ ਉਹਨੂੰ ਝੂਠਿਆਂ ਵਿੱਚੋਂ। ਗਰੂਰ ਕੀਤਾ ਉਸਨੇ ਤੇ ਉਹਦੀਆਂ ਫੌਜਾਂ ਨੇ ਮੁਲਕ ਵਿੱਚ ਨਾ ਹੱਕ, ਤੇ ਜਾਤੋਂ ਨੇ ਜੇ ਉਹ ਸਾਡੇ ਵੱਲ ਨਾ ਮੋੜੇ ਜਾਣਗੇ। ਫੜਿਆ ਅਸਾਂ ਉਹਨੂੰ ਤੇ ਉਹਦੀਆਂ ਫੌਜਾਂ ਨੂੰ, ਫਿਰ ਸੁੱਟ ਦਿੱਤਾ ਅਸਾਂ ਉਹਨਾਂ ਨੂੰ ਦਰਿਆ ਵਿੱਚ, ਫਿਰ ਵੇਖੋ ਕਿਆ ਕੁ ਹੋਇਆ ਔੜਕ ਜ਼ਾਲਮਾਂ ਦਾ। ਬਣਾ ਦਿੱਤਾ ਅਸਾਂ ਉਹਨਾਂ ਨੂੰ ਗੁਰੂ ਮਹੰਤ ਸੱਦਣ ਵਾਲੇ ਅੱਗ ਵੱਲ, ਤੇ ਦਿਨ ਕਿਆਮਤ ਦੇ ਮਦਦ ਨਾ ਮਿਲੇਗੀ ਨੇ, ਇਹ ਮਗਰ ਲਾ ਦਿੱਤੀ ਅਸਾਂ ਉਹਨਾਂ ਦੇ ਇਸ ਦੁਨੀਆਂ ਵਿੱਚ ਫਟਕਾਰ, ਤੇ ਦਿਨ ਕਿਆਮਤ ਦੇ ਉਹ ਰੱਦ ਹੋਏ ਹੋਏ ਨੇ। ਤੇ ਜ਼ਰੂਰ ਦਿੱਤੀ ਅਸਾਂ ਮੂਸਾ ਨੂੰ ਕਿਤਾਬ ਪਿੱਛੇ ਇਸ ਦੇ ਜੋ ਬਰਬਾਦ ਕਰ ਦਿੱਤੀਆਂ ਅਸਾਂ ਸੰਗਤਾਂ ਪਹਿਲੀਆਂ, ਸੁਝਾਉਣ ਲਈ ਲੋਕਾਂ ਨੂੰ ਤੇ ਹਦਾਇਤ ਤੇ ਮਿਹਰ ਬਣਾ ਕੇ, ਸ਼ਾਇਦ ਉਹ ਨਸੀਹਤ ਪਕੜਨ। ਐ ਹਬੀਬ, ਨਹੀਂ ਸੀ ਤੂੰ ਲਹਿੰਦੇ ਪਾਸੇ ਤੂਰ ਪਹਾੜ ਦੇ ਜਦ ਭੇਜਿਆ ਅਸਾਂ ਮੂਸਾ ਵੱਲ ਹੁਕਮ, ਤੇ ਨਹੀਂ ਸੀ ਤੂੰ ਵੇਖਣ ਵਾਲਿਆਂ ਵਿੱਚੋਂ, ਪਰ ਅਸਾਂ ਪੈਦਾ ਕੀਤੀਆਂ ਸੰਗਤਾਂ, ਫਿਰ ਲੰਮੀ ਗੁਜ਼ਰ ਗਈ ਉਹਨਾਂ ਉੱਤੇ ਮੁੱਦਤ, ਤੇ ਨਹੀਂ ਸੀ ਤੂੰ ਰਹਿੰਦਾ ਮਦੀਨ ਵਾਲਿਆਂ ਵਿੱਚ, ਪੜ੍ਹਦਾ ਉਹਨਾਂ ਅੱਗੇ ਆਇਤਾਂ ਸਾਡੀਆਂ, ਪਰ ਅਸੀਂ ਪੈਗੰਬਰ ਭੇਜਦੇ ਰਹੇ ਹਾਂ। ਤੇ ਨਹੀਂ ਸੀ ਤੂੰ ਤੂਰ ਦੇ ਕਿਨਾਰੇ ਜਦ ਅਸਾਂ ਮੂਸਾ ਨੂੰ ਆਵਾਜ਼ ਕੀਤੀ, ਪਰ ਮੇਰੇ ਨਾਲ ਤੇਰੇ ਰੱਬ ਵੱਲੋਂ ਤੁਹਾਨੂੰ ਇਹ ਗੱਲਾਂ ਦੱਸੀਆਂ ਜਾਂਦੀਆਂ ਨੇ ਤਾਂ ਡਰਾਵੇਂ ਤੂੰ ਇੱਕ ਲੋਕਾਂ ਨੂੰ ਜਿਨ੍ਹਾਂ ਕੋਲ ਨਹੀਂ ਆਇਆ ਕੋਈ ਡਰਾਉਣ ਵਾਲਾ ਪਹਿਲੇ ਤੇਰੇ, ਸ਼ਾਇਦ ਉਹ ਨਸੀਹਤ ਪਕੜਨ। ਤੇ ਜੇ ਕਦੇ ਨਾ ਹੁੰਦਾ ਅੰਦੇਸ਼ਾ ਇਸ ਦਾ ਜੋ ਪਹੁੰਚੇਗੀ ਉਹਨਾਂ ਨੂੰ ਮੁਸੀਬਤ ਬਦਲੇ ਉਸ ਦੇ ਜੋ ਅੱਗੇ ਤੋਰਿਆ ਉਹਨਾਂ ਦੇ ਹੱਥਾਂ ਨੇ, ਫਿਰ ਆਖਦੇ ਸਾਡੇ ਰੱਬਾ ਕਿਉਂ ਨਾ ਭੇਜੀ ਹੋਈ ਅਸਾਂ ਵੱਲ ਕੋਈ ਪੈਗਾਮ ਪਹੁੰਚਾਉਣ ਵਾਲਾ, ਤੇ ਅਸੀਂ ਤੁਰਦੇ ਤੇਰੀਆਂ ਗੱਲਾਂ ਉੱਤੇ, ਤੇ ਹੁੰਦੇ ਅਸੀਂ ਇਮਾਨਦਾਰਾਂ ਵਿੱਚੋਂ। ਫਿਰ ਜਦ ਪਹੁੰਚੀ ਉਹਨਾਂ ਨੂੰ ਠੀਕ ਗੱਲ ਸਾਡੇ ਕੋਲੋਂ, ਆਖਿਓ ਨੇ ਕਿਉਂ ਮੌਜਦਾ ਨਾ ਮਿਲ ਗਿਆ ਇਸ ਨੂੰ ਜਿਹੋ ਜਿਹਾ ਮਿਲਿਆ ਸੀ ਮੂਸਾ ਨੂੰ, ਭਲਾ ਤੇ ਇਨਕਾਰ ਨਹੀਂ ਸਾਨੇ ਕੀਤਾ ਉਸ ਦਾ ਜੋ ਮਿਲਿਆ ਸੀ ਮੂਸਾ ਨੂੰ ਇਦੋਂ ਪਹਿਲੇ। ਆਖਿਓ ਨੇ ਦੋਵੇਂ ਜਾਦੂ ਨੇ ਆਪੇ ਵਿੱਚ ਏਕਾ ਕਰ ਲਿਓ ਨੇ, ਯਾਨੀ ਕੁਰਾਨ ਤੇ ਤੌਰਾਤ ਨੇ, ਤੇ ਆਖਿਓ ਨੇ ਅਸੀਂ ਕਿਸੇ ਨੂੰ ਨਹੀਂ ਮੰਨਦੇ। ਹਬੀਬ ਤੁਸੀਂ ਆਖੋ ਫਿਰ ਲਿਆਓ ਕੋਈ ਕਿਤਾਬ ਅੱਲਾਹ ਕੋਲੋਂ ਜੋ ਵਧੇਰੀ ਹਦਾਇਤ ਦੱਸਣ ਵਾਲੀ ਹੋਵੇ ਇਹਨਾਂ ਦੋਵਾਂ ਨਾਲੋਂ, ਮੈਂ ਤੁਰਾਂ ਉਸ ਉੱਤੇ ਜੇ ਤੁਸੀਂ ਸੱਚੇ ਹੋ। ਫਿਰ ਜੇ ਨਾ ਕਬੂਲ ਕੀਤੀ ਉਹਨੇ ਤੇਰੀ ਗੱਲ ਤਾਂ ਜਾਣ ਲੈ ਜੋ ਉਹ ਤੁਰਦੇ ਨੇ ਨਿਰਾ ਆਪਣੇ ਜੀਆਂ ਦੀ ਚਾਹ ਉੱਤੇ, ਅਤੇ ਉਸ ਨਾਲੋਂ ਵਧੇਰਾ ਕੋਰਾ ਪਿਆ ਹੋਇਆ ਕੌਣ ਹੈ ਜਿਹੜਾ ਤੁਰਿਆ ਆਪਣੀ ਚਾਹ ਉੱਤੇ ਬਗੈਰ ਰਾਹ ਦੱਸਣੇ ਅੱਲਾ ਦੇ। ਅੱਲਾ ਜ਼ਰੂਰ ਨਹੀਂ ਰਾਹ ਪਾਉਂਦਾ ਜ਼ਾਲਮਾਂ ਲੋਕਾਂ ਨੂੰ। ਜ਼ਰੂਰ ਉੱਤੋਂ ਰੀਤੀ ਲਿਆਂਦੀ ਅਸਾਂ ਉਹਨਾਂ ਲਈ ਨਸੀਹਤ, ਸ਼ਾਇਦ ਉਹ ਨਸੀਹਤ ਪਕੜਨ। ਜਿਨ੍ਹਾਂ ਨੂੰ ਦਿੱਤੀ ਅਸਾਂ ਕਿਤਾਬ ਇਦੋਂ ਪਹਿਲੇ ਉਹ ਇਸ ਨੂੰ ਮੰਨਦੇ ਨੇ, ਜਦ ਪੜ੍ਹਿਆ ਜਾਏ ਉਹਨਾਂ ਅੱਗੇ ਆਖਦੇ ਨੇ ਅਸਾਂ ਮੰਨਿਆ ਇਸ ਨੂੰ, ਜ਼ਰੂਰ ਇਹ ਠੀਕ ਹੈ ਸਾਡੇ ਰੱਬ ਵੱਲੋਂ, ਜ਼ਰੂਰ ਅਸੀਂ ਇਦੋਂ ਪਹਿਲੇ ਦੇ ਫਰਮਾ ਬਰਦਾਰ ਸਾਂ। ਉਹ ਨੇ ਜਿਨ੍ਹਾਂ ਨੂੰ ਮਿਲੇਗੀ ਮਜ਼ਦੂਰੀ ਆਪਣੀ ਦੂਣੀ ਬਦਲੇ ਉਸ ਦੇ ਜੋ ਸਬਰ ਕੀਤੋ ਨੇ, ਤੇ ਟਾਲਦੇ ਨੇ ਭਲਿਆਈ ਨਾਲ ਬੁਰਾਈ ਨੂੰ,
ਤੇ ਉਸ ਚੀਜ਼ ਵਿੱਚੋਂ ਜੋ ਦਿੱਤਾ ਹੈ ਅਸਾਂ ਉਹਨਾਂ ਨੂੰ ਖਰਚਦੇ ਨੇ, ਤੇ ਜਦ ਸੁਣਦੇ ਨੇ ਨਿਕੰਮੀ ਗੱਲ ਮੂੰਹ ਪਵਾਉਂਦੇ ਨੇ ਉਸ ਤੋਂ ਤੇ ਆਖਦੇ ਨੇ ਸਾਡੇ ਲਈ ਨੇ ਅਮਲ ਸਾਡੇ ਤੇ ਤੁਸਾਂ ਲਈ ਨੇ ਅਮਲ ਤੁਹਾਡੇ, ਸਲਾਮ ਹੈ ਤੁਹਾਨੂੰ, ਸਾਨੂੰ ਕੁਝ ਲੋੜ ਨਹੀਂ ਨਾਦਾਨਾਂ ਦੀ। ਜ਼ਰੂਰ ਤੂੰ ਨਹੀਂ ਰਾਹ ਪਾਉਂਦਾ ਜਿਸ ਨੂੰ ਚਾਹੇ, ਪਰ ਅੱਲਾ ਰਾਹ ਪਾਉਂਦਾ ਜਿਸ ਨੂੰ ਚਾਹੇ, ਤੇ ਉਹ ਖੂਬ ਜਾਣਦਾ ਹੈ ਰਾਹ ਪੈਣ ਵਾਲਿਆਂ ਨੂੰ। ਤੇ ਆਖਿਓ ਨੇ ਜੇ ਅਸੀਂ ਤੁਰੀਏ ਹਦਾਇਤ ਉੱਤੇ ਤੇਰੇ ਨਾਲ, ਕੱਢੇ ਜਾਈਏ ਆਪਣੇ ਮੁਲਕੋਂ, ਭਲਾ ਤੇ ਨਹੀਂ ਜਗ੍ਹਾ ਦਿੱਤੀ ਅਸਾਂ ਉਹਨਾਂ ਨੂੰ ਅਦਬ ਵਾਲਾ ਥਾਂ ਅਮਨ ਦਾ, ਲੱਦੇ ਆਉਂਦੇ ਨੇ ਉਧਰ ਮੇਵੇ ਹਰ ਚੀਜ਼ ਦੇ ਰੋਜ਼ੀ ਸਾਡੇ ਕੋਲੋਂ, ਪਰ ਬਹੁਤੇ ਉਹਨਾਂ ਵਿੱਚੋਂ ਨਹੀਂ ਜਾਣਦੇ। ਤੇ ਕਿਤਨੀਆਂ ਹੀ ਅਸਾਂ ਬਰਬਾਦ ਕਰ ਚੁੱਕੇ ਹਾਂ ਬਸਤੀਆਂ ਜੋ ਫਿੱਟ ਗਈਆਂ ਸਨ ਆਪਣੀ ਗੁਜ਼ਰਾਨ ਉੱਤੇ, ਫਿਰ ਵੇਖ ਲਓ ਇਹ ਨੇ ਵਸਣ ਦੇ ਥਾਂ ਉਹਨਾਂ ਦੇ ਵਸੇ ਨਹੀਂ ਪਿੱਛੇ ਉਹਨਾਂ ਦੇ ਪਰ ਥੋੜੇ, ਤੇ ਅਸੀਂ ਹਾਂ ਆਖਰ ਸਭ ਕੁਛ ਲੈ ਲੈਣ ਵਾਲੇ। ਨਹੀਂ ਰੱਬ ਤੇਰਾ ਬਰਬਾਦ ਕਰਨ ਵਾਲਾ ਬਸਤੀਆਂ ਨੂੰ, ਜਦ ਤੀਕ ਭੇਜ ਨਾ ਲਏ ਉਹਨਾਂ ਵਿੱਚੋਂ ਵੱਡੀ ਬਸਤੀ ਵਿੱਚ ਪੈਗਾਮ, ਪੈਗਾਮ ਪਹੁੰਚਾਉਣ ਵਾਲੇ ਨੂੰ ਜੋ ਪੜ੍ਹੇ ਉਹਨਾਂ ਅੱਗੇ ਆਇਤਾਂ ਸਾਡੀਆਂ, ਤੇ ਨਹੀਂ ਹਾਂ ਅਸੀਂ ਬਰਬਾਦ ਕਰਨ ਵਾਲੇ ਬਸਤੀਆਂ ਨੂੰ, ਪਰ ਜਦੋਂ ਤੱਕ ਲੋਕ ਉੱਥੋਂ ਦੇ ਜ਼ਾਲਮ ਨਹੀਂ ਹੋ ਜਾਂਦੇ। ਜੋ ਮਿਲਿਆ ਜੀ ਹਰ ਜਿਨਸ ਦਾ, ਸੋ ਵਰਤੋਂ ਏ ਦੁਨੀਆਂ ਦੇ ਜਿਉਣੇ ਦੀ, ਤੇ ਸੋ ਪੜੋਸ ਦਾ, ਤੇ ਜੋ ਅੱਲਾ ਕੋਲ ਏ ਚੰਗਾ ਏ ਤੇ ਵਧੇਰਾ ਚਿਰ ਰਹਿਣ ਵਾਲਾ, ਕਿਉਂ ਫਿਰ ਅਕਲ ਨਹੀਂ ਕਰਦੇ ਹੋ? ਲਾ ਫਿਰ ਜਿਸ ਨੂੰ ਵਾਅਦਾ ਦਿੱਤਾ ਸਾਂ, ਵਾਅਦਾ ਸੋਹਣਾ, ਫਿਰ ਉਸ ਨੂੰ ਉਹ ਮਿਲ ਪੈਂਦਾ ਹੈ, ਭਲਾ ਉਹਦੇ ਵਾਂਗੂ ਏ ਜਿਸ ਨੂੰ ਵਰਤਣ ਨੂੰ ਦਿੱਤੀ ਅਸਾਂ ਵਰਤੋਂ ਦੁਨੀਆਂ ਦੇ ਜਿਉਣੇ ਦੀ, ਫਿਰ ਉਹ ਦਿਨ ਕਿਆਮਤ ਦੇ ਫੜਿਆ ਆਇਆਂ ਵਿੱਚੋਂ ਏ। ਜਿਸ ਦਿਨ ਆਵਾਜ਼ ਕਰੇਗਾ ਉਹਨਾਂ ਨੂੰ, ਫਿਰ ਪੁੱਛੇਗਾ ਕਿੱਥੇ ਨੇ ਸ਼ਰੀਕ ਮੇਰੇ ਜਿਨ੍ਹਾਂ ਨੂੰ ਤੁਸੀਂ ਗੁਮਾਨ ਕਰਦੇ ਸੋ? ਆਖਣ ਲੱਗੇ ਜਿਨ੍ਹਾਂ ਉੱਤੇ ਠੀਕ ਬੈਠੀ ਗੱਲ, ਸਾਡਿਆ ਰੱਬਾ ਇਹ ਨੇ ਜਿਨ੍ਹਾਂ ਨੂੰ ਅਸਾਂ ਕੁਰਾ ਪਾਇਆ, ਇਹਨਾਂ ਨੂੰ ਕੁਰਾ ਪਾਇਆ ਜਿਵੇਂ ਅਸੀਂ ਆਪ ਕੁਰਾ ਪਏ, ਅਸੀਂ ਬਰੀ ਹੋਏ ਤੇਰੇ ਅੱਗੇ, ਸਾਨੂੰ ਨਹੀਂ ਸਨ ਪੂਜਦੇ। ਆਖਿਆ ਜਾਏਗਾ ਸੱਦੋ ਆਪਣੇ ਸ਼ਰੀਕਾਂ ਨੂੰ, ਫਿਰ ਸੱਦਣਗੇ ਉਹਨਾਂ ਨੂੰ, ਪਰ ਉਹ ਜਵਾਬ ਨਾ ਦੇਣਗੇ ਉਹਨਾਂ ਨੂੰ, ਤੇ ਇਹ ਵੇਖਣਗੇ ਅਜ਼ਾਬ, ਕਾਸ਼ ਕਿਸੇ ਤਰ੍ਹਾਂ ਅਸੀਂ ਰਾਹ ਪਏ ਹੁੰਦੇ। ਤੇ ਜਿਸ ਦਿਨ ਆਵਾਜ਼ ਕਰੇਗਾ ਉਹਨਾਂ ਨੂੰ, ਫਿਰ ਫਰਮਾਏਗਾ ਕੀ ਕੁਝ ਜਵਾਬ ਦਿੱਤੋ ਜੇ ਪੈਗੰਬਰਾਂ ਨੂੰ, ਫਿਰ ਨਾ ਸੁਝਣਗੀਆਂ ਉਹਨਾਂ ਨੂੰ ਗੱਲਾਂ ਉਸ ਦਿਨ, ਨਾਲੇ ਉਹ ਆਪੇ ਵਿੱਚ ਵੀ ਨਹੀਂ ਪੁੱਛ ਸਕਣਗੇ। ਫਿਰ ਜਿਸ ਨੇ ਅੱਜ ਤੋਬਾ ਕੀਤੀ ਤੇ ਮੰਨਿਆ ਤੇ ਕੀਤੀ ਭਲਿਆਈ, ਸੋ ਉਮੀਦ ਏ ਜੋ ਹੋ ਜਾਏਗਾ ਛੁੱਟ ਜਾਣ ਵਾਲਿਆਂ ਵਿੱਚੋਂ ਉੱਥੇ। ਤੇਰਾ ਰੱਬ ਪੈਦਾ ਕਰਦਾ ਏ ਤੇ ਜੋ ਚਾਹੇ ਪਸੰਦ ਕਰਦਾ ਏ, ਉਹਨਾਂ ਦੇ ਹੱਥ ਨਹੀਂ ਏ ਇਖਤਿਆਰ, ਬੇਐਬ ਏ ਅੱਲਾ, ਤੇ ਉੱਚਾ ਏ ਉਸ ਤੋਂ ਜਿਸ ਨੂੰ ਸ਼ਰੀਕ ਬਣਾਉਂਦੇ ਨੇ। ਤੇ ਤੇਰਾ ਰੱਬ ਜਾਣਦਾ ਏ ਜੋ ਛੁਪਾਉਂਦੇ ਨੇ ਸੀਨੇ ਉਹਨਾਂ ਦੇ ਤੇ ਜੋ ਜ਼ਾਹਿਰ ਕਰਦੇ ਨੇ, ਉਹੋ ਹੀ ਅੱਲਾ ਏ, ਕੋਈ ਪੂਜਾ ਦੇ ਲਾਇਕ ਨਹੀਂ ਉਸ ਬਿਨ, ਉਸੇ ਹੀ ਦੀ ਸੋਭਾ ਏ ਦੁਨੀਆ ਤੇ ਆਖਰਤ ਵਿੱਚ, ਤੇ ਉਸੇ ਹੀ ਦਾ ਹੁਕਮ ਏ ਤੇ ਉਸੇ ਹੀ ਵੱਲ ਮੋੜੇ ਜਾਓਗੇ। ਇਹ ਹਬੀਬ ਆਖੋ, ਦੱਸੋ ਮੈਨੂੰ, ਜੇ ਕਰਦੇ ਅੱਲਾ ਤੁਸਾਂ ਉੱਤੇ ਰਾਤ ਹਮੇਸ਼ਾ ਦਿਨ ਕਿਆਮਤ ਤੀਕ, ਕਿਹੜਾ ਮਹਬੂਬ ਦੇ ਸਵਾਲ ਦਾ ਦੇ ਜੋ ਲਿਆਵੇ ਤੁਹਾਨੂੰ ਚਾਨਣ, ਕਿਉਂ ਫਿਰ ਸੁਣਦੇ ਨਹੀਂ ਹੋ? ਆਖੋ ਦੱਸੋ ਮੈਨੂੰ, ਜੇ ਕਰਦੇ ਅੱਲਾ ਤੁਸਾਂ ਉੱਤੇ ਦਿਨ ਹਮੇਸ਼ਾ ਦਿਨ ਕਿਆਮਤ ਤੀਕ, ਕਿਹੜਾ ਮਹਬੂਬ ਦੇ ਸਵਾਲ ਅੱਲਾ ਦੇ ਜੋ ਲਿਆਵੇ ਤੁਹਾਨੂੰ ਰਾਤ ਜਿਸ ਵਿੱਚ ਆਰਾਮ ਪਾਓ, ਕਿਉਂ ਫਿਰ ਵੇਖਦੇ ਨਹੀਂ ਹੋ? ਆਪਣੀ ਮਿਹਰ ਨਾਲ ਬਣਾ ਦਿੱਤੀ ਸੀ ਤੁਹਾਨੂੰ ਰਾਤ ਤੇ ਦਿਨ, ਤਾਂ ਆਰਾਮ ਪਾਓ ਉਸ ਵਿੱਚ, ਤੇ ਤਾਂ ਢੂੰਡੋ ਫਜ਼ਲ ਉਹਦਾ, ਤੇ ਸ਼ਾਇਦ ਤੁਸੀਂ ਸ਼ੁਕਰ ਕਰੋ। ਜਿਸ ਦਿਨ ਆਵਾਜ਼ ਕਰੇਗਾ ਉਹਨਾਂ ਨੂੰ, ਫਿਰ ਫਰਮਾਏਗਾ ਕਿੱਥੇ ਨੇ ਸ਼ਰੀਕ ਮੇਰੇ ਜਿਨ੍ਹਾਂ ਨੂੰ ਤੁਸੀਂ ਗੁਮਾਨ ਕਰਦੇ ਸੋ? ਕੱਢਾਂਗੇ ਅਸੀਂ ਹਰ ਉਮਤ ਵਿੱਚੋਂ ਇੱਕ ਗਵਾਹ, ਫਿਰ ਅਸੀਂ ਆਖਾਂਗੇ ਲਿਆਓ ਦਲੀਲ ਆਪਣੀ, ਤਦ ਜਾਣਨਗੇ ਭਾਈ ਸੱਚ ਜ਼ਰੂਰ ਅੱਲਾ ਵਾਲੇ, ਤੇ ਵਿਸਰ ਜਾਣਗੀਆਂ ਉਹਨਾਂ ਨੂੰ ਜੋ ਗੱਲਾਂ ਜੋੜਦੇ ਹੁੰਦੇ ਸਨ। ਜ਼ਰੂਰ ਕਾਰੂਨ ਸੀ ਮੂਸਾ ਦੀ ਕੌਮ ਵਿੱਚੋਂ,
ਫਿਰ ਸ਼ਰਾਰਤ ਕਰਨ ਲਗਾ ਉਹਨਾਂ ਉੱਤੇ ਤੇ ਦਿੱਤੇ ਸੀ ਅਸਾਂ ਉਹਨੂੰ ਖਜ਼ਾਨਿਆਂ ਵਿੱਚੋਂ ਇਤਨੇ ਜਿਸ ਦੀਆਂ ਕੁੰਜੀਆਂ ਦਾ ਭਾਰ ਜ਼ਰੂਰ ਥਕਾ ਦੇ ਕਈ ਜਣਿਆਂ ਜ਼ੋਰ ਵਾਲਿਆਂ ਨੂੰ। ਜਦ ਆਖਿਆ ਉਹਨੂੰ ਉਹਦੀ ਕੌਮ ਨੇ, ਨਾ ਫਿੱਟ, ਅੱਲਾ ਨੂੰ ਜ਼ਰੂਰ ਨਹੀਂ ਪਾਉਂਦੇ ਫਿੱਟੇ ਹੋਏ। ਇਹ ਢੂੰਡ ਲੈ ਮਾਲ ਨਾਲ ਜੋ ਦਿੱਤਾ ਤੈਨੂੰ ਅੱਲਾ ਨੇ ਘਰ ਆਖਰਤ ਦਾ, ਤੇ ਨਾ ਭੁਲਾ ਹਿੱਸਾ ਆਪਣਾ ਦੁਨੀਆਂ ਵਿੱਚੋਂ ਵੀ, ਤੇ ਭਲਾਈ ਕਰ ਜਿਵੇਂ ਭਲਾਈ ਕੀਤੀ ਸੀ ਅੱਲਾ ਨੇ ਤੇਰੇ ਨਾਲ, ਤੇ ਨਾ ਚਾਹ ਫਸਾਦ ਮਚਾਉਣਾ ਮੁਲਕ ਵਿੱਚ। ਅੱਲਾ ਨੂੰ ਜ਼ਰੂਰ ਨਹੀਂ ਪਾਉਂਦੇ ਫਸਾਦੀ। ਆਖਿਓ ਸੂ ਮੈਨੂੰ ਇਹ ਕੁਝ ਮਿਲਿਆ ਹੈ ਨਿਰਾ ਹੁਨਰ ਨਾਲ ਜੋ ਮੇਰੇ ਕੋਲ ਹੈ। ਭਲਾ ਤੇ ਇਹ ਨਾ ਜਾਤੋ ਸੂ ਜੋ ਅੱਲਾ ਬਰਬਾਦ ਕਰ ਚੁੱਕਾ ਹੈ ਪਹਿਲੇ ਉਹਦੇ ਕਈ ਸੰਗਤਾਂ ਵਿੱਚੋਂ ਉਸ ਸ਼ਖਸ ਨੂੰ ਜੋ ਵਧੇਰਾ ਸਖਤ ਸੀ ਇਹਦੇ ਨਾਲੋਂ ਜ਼ੋਰ ਵਿੱਚ, ਤੇ ਬਹੁਤ ਹੀ ਜਮਾਂ ਜੱਥਾ ਵਾਲਾ ਸੀ, ਤੇ ਨਹੀਂ ਪੁੱਛਦੇ ਜਾਂਦੇ ਗੁਨਾਹਗਾਰਾਂ ਤੋਂ ਗੁਨਾਹ ਉਹਨਾਂ ਦੇ। ਤੇ ਨਿਕਲਿਆ ਆਪਣੀ ਕੌਮ ਦੇ ਸਾਹਮਣੇ ਆਪਣੀ ਠਾਠ ਵਿੱਚ, ਆਖਣ ਲੱਗੇ ਜਿਹੜੇ ਚਾਹੁੰਦੇ ਨੇ ਦੁਨੀਆਂ ਦਾ ਜਿਉਣਾ, ਇਹ ਮਨ ਦੀ ਆਸੇ ਸਾਨੂੰ ਵੀ ਮਿਲੇ ਜਿਹੋ ਜਿਹਾ ਮਿਲਿਆ ਹੈ ਕਾਰੂਨ ਨੂੰ, ਉਹ ਜ਼ਰੂਰ ਬੜੇ ਨਸੀਬ ਵਾਲਾ ਹੈ। ਤੇ ਆਖਣ ਲੱਗੇ ਜਿਨ੍ਹਾਂ ਨੂੰ ਮਿਲਿਆ ਸੀ ਇਲਮ ਤੁਸਾਂ ਦਾ ਬੁਰਾ ਹੋਵੇ, ਸਵਾਬ ਅੱਲਾ ਦਾ ਚੰਗਾ ਹੈ ਉਹਦੇ ਲਈ ਜਿਨ ਮੰਨਿਆ ਤੇ ਕੀਤੀ ਭਲਿਆਈ, ਤੇ ਨਹੀਂ ਦਿਲ ਲੱਗਦੀ ਇਹ ਗੱਲ ਪਰ ਸਹਿਣ ਵਾਲਿਆਂ ਦੇ। ਤਸਾ ਦਿੱਤਾ ਅਸਾਂ ਉਹਨੂੰ ਤੇ ਉਹਦੇ ਕਾਰਨ ਜ਼ਮੀਨ ਵਿੱਚ, ਫਿਰ ਨਾ ਹੋਈ ਕੋਈ ਫੌਜ ਜੋ ਮਦਦ ਕਰੇ ਉਹਦੀ ਸਵਾਹ ਅੱਲਾ ਦੇ, ਤੇ ਨਾ ਆਪ ਹੋਇਆ ਆਪਣੀ ਮਦਦ ਕਰਨ ਜੋਗਿਆਂ ਥੀ। ਫਜਰੇ ਉੱਠਦੇ ਆਖਣ ਲੱਗੇ ਜਿਨ੍ਹਾਂ ਨੂੰ ਕੱਲ ਚਾਹ ਸੀ ਉਹਦੇ ਰੁਤਬੇ ਦਾ, ਤੇਰਾ ਬੁਰਾ ਹੋਵੇ, ਭੁੱਲੇ ਅਸੀਂ ਜੋ ਅੱਲਾ ਕੁਸ਼ਾਇਸ਼ ਕਰਦਾ ਹੈ ਰਿਜ਼ਕ ਦੀ ਜਿਹਦੇ ਲਈ ਚਾਹੇ ਆਪਣੇ ਬੰਦਿਆਂ ਵਿੱਚੋਂ, ਤੇ ਤੰਗੀ ਕਰਦਾ ਹੈ ਜਿਹਦੇ ਲਈ ਚਾਹੇ। ਜੇ ਕਦੇ ਨਾ ਅਹਿਸਾਨ ਕਰਦਾ ਅੱਲਾ ਅਸਾਂ ਉੱਤੇ, ਤਾਂ ਤਸਾ ਦਿੰਦਾ ਜ਼ਮੀਨ ਵਿੱਚ ਸਾਨੂੰ ਵੀ, ਤੇਰਾ ਬੁਰਾ ਹੋਵੇ, ਇਉਂ ਜਾਣ ਜੋ ਮੁਰਾਦ ਨਹੀਂ ਪਾਉਂਦੇ ਬੇਈਮਾਨ। ਛੇਕੜ ਦਾ ਘਰ ਅਸੀਂ ਦਿਓਗੇ ਉਹਨਾਂ ਨੂੰ ਜਿਹੜੇ ਨਹੀਂ ਚਾਹੁੰਦੇ ਉਚਾਈ ਮੁਲਕ ਵਿੱਚ, ਤੇ ਨਾ ਫਸਾਦ, ਤੇ ਅੰਤ ਭਲਾ ਹੈ ਬਚ ਕੇ ਤੁਰਨ ਵਾਲਿਆਂ ਦਾ। ਜਿਹੜਾ ਲਿਆਇਆ ਨੇਕੀ ਸੋ ਉਹਦੇ ਲਈ ਚੰਗੀ ਨੇਕੀ ਹੈ ਉਦੋਂ, ਤੇ ਜਿਹੜਾ ਲਿਆਇਆ ਬੁਰਿਆਈ ਸੋ ਨਾ ਸਜ਼ਾ ਪਾਉਣਗੇ ਜਿੰਨਾ ਕੀਤੀਆਂ ਬੁਰਿਆਈਆਂ, ਪਰ ਜਿਤਨਾ ਕਰਦੇ ਸਨ। ਹਬੀਬ ਜਿਨ ਫਰਜ਼ ਕੀਤਾ ਤੇਰੇ ਸਿਰ ਇਹ ਕੁਰਾਨ, ਜ਼ਰੂਰ ਮੋੜ ਲਿਆਵੇਗਾ ਤੈਨੂੰ ਸੋਹਣੇ ਅੰਜਾਮ ਵੱਲ। ਤੂੰ ਆਖ ਮੇਰਾ ਰੱਬ ਖੂਬ ਜਾਣਦਾ ਉਹਨੂੰ ਜਿਹੜਾ ਲਿਆਇਆ ਹਦਾਇਤ, ਤੇ ਉਹਨੂੰ ਜਿਹੜਾ ਸਾਫ ਕੁਰਾਏ ਪਿਆ ਹੋਇਆ ਹੈ। ਐ ਹਬੀਬ ਤੇ ਤੂੰ ਨਹੀਂ ਸੈਂ ਉਮੀਦ ਰੱਖਦਾ ਜੋ ਉਤਰੇਗੀ ਤੇਰੇ ਵੱਲ ਕਿਤਾਬ, ਪਰ ਨਿਰੀ ਮਿਹਰ ਨਾਲ ਨਾਜ਼ਲ ਹੋਈ ਹੈ ਤੇਰੇ ਰੱਬ ਵੱਲੋਂ, ਸੋ ਨਾ ਬਣ ਮਦਦਗਾਰ ਬੇਈਮਾਨਾਂ ਦਾ, ਨਾ ਰੋਕ ਦੇਣ ਤੈਨੂੰ ਅੱਲਾ ਦੀਆਂ ਆਇਤਾਂ ਤੋਂ ਪਿੱਛੇ ਇਸ ਦੇ ਜੋ ਉਤਰ ਚੁੱਕੀ ਤੇਰੇ ਵੱਲ, ਤੇ ਸਦ ਆਪਣੇ ਰੱਬ ਵੱਲ, ਤੇ ਨਾ ਹੋ ਸ਼ਿਰਕ ਕਰਨ ਵਾਲਿਆਂ ਵਿੱਚੋਂ, ਨਾ ਸਦ ਨਾਲ ਅੱਲਾ ਦੇ ਹੋਰ ਮਾਬੂਦ ਨੂੰ, ਕੋਈ ਨਹੀਂ ਮਾਬੂਦ ਉਸ ਬਿਨ, ਸਭ ਕੁਝ ਫਨਾ ਹੋ ਜਾਂਦਾ ਹੈ, ਪਰ ਉਸ ਦੀ ਜ਼ਾਤ, ਉਸੇ ਦਾ ਹੁਕਮ ਹੀ, ਤੇ ਉਸੇ ਵੱਲ ਮੋੜੇ ਜਾਓਗੇ।